ਦੇਸ਼ ਦੇ ਵਿੱਚ ਵੋਟਾਂ ਹੋਣੀਆਂ ਹੋਣ ਤੇ ਕੋਈ ਸਕੀਮ ਨਾ ਹੋਵੇ, ਕੋਈ ਗਰੰਟੀ ਨਾ ਹੋਵੇ, ਅਜਿਹਾ ਨਹੀਂ ਹੋ ਸਕਦਾ। ਜੀ ਹਾਂ, 2 ਸਾਲ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਵੱਲੋਂ ਵੀ ਇੱਕ ਗਰੰਟੀ ਦਿੱਤੀ ਗਈ ਸੀ ਕਿ ਹਰ ਇੱਕ ਬੀਬੀ ਦੇ ਅਕਾਊਂਟ ਦੇ ਵਿੱਚ 1,000 ਰੁਪਏ ਪਾਇਆ ਜਾਵੇਗਾ, ਪਰ 2 ਸਾਲਾਂ ਦੇ ਵਿੱਚ ਜੋ ਨਹੀਂ ਹੋਇਆ, ਹੁਣ ਉਸਨੂੰ ਦੁਬਾਰਾ ਤੋਂ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਅੱਜ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ ਹਰ ਇੱਕ ਬੀਬੀ ਦੇ ਅਕਾਊਂਟ ਦੇ ਵਿੱਚ ਹੁਣ 1,000 ਰੁਪਏ ਨਹੀਂ ਬਲਕਿ ਕੀਮਤ ਵਧਾ ਕੇ ਅਦਾ ਕੀਤੀ ਜਾਵੇਗੀ। ਦਰਅਸਲ ਅੱਜ ਤੋਂ 1,100 ਰੁਪਏ ਦਾ ਐਲਾਨ ਕੀਤਾ ਗਿਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬੀਬੀਆਂ ਦੇ ਅਕਾਊਂਟ 'ਚ ਪੈਸੇ ਆਉਣਗੇ ਤਾਂ 1,000 ਰੁਪਏ ਨਹੀਂ ਬਲਕਿ 1,100 ਰੁਪਏ ਅਦਾ ਕੀਤੇ ਜਾਣਗੇ। ਭਗਵੰਤ ਮਾਨ ਵੱਲੋਂ ਇੱਕ ਵਾਰ ਫਿਰ ਤੋਂ ਔਰਤਾਂ ਨੂੰ ਇਹ ਗਰੰਟੀ ਦਿੱਤੀ ਗਈ ਹੈ, ਇੱਕ ਵਾਅਦਾ ਕੀਤਾ ਗਿਆ ਕਿ ਜੋ ਇੰਨੀ ਦੇਰ ਦਾ ਨਹੀਂ ਹੋਇਆ ਉਹ ਹੁਣ ਹੋਵੇਗਾ, ਕਿਉਂਕਿ ਸਰਕਾਰ ਪੂਰੇ ਅੰਕੜੇ ਤਿਆਰ ਕਰਨ ਦੇ ਵਿੱਚ ਲੱਗੀ ਹੋਈ ਸੀ ਤੇ ਹੁਣ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਇੱਕ ਹੋਰ ਗਰੰਟੀ ਕਦੋਂ ਪੂਰੀ ਹੁੰਦੀ ਹੈ। 7,000 ਖਰਚਣਾ 5,500, ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਹੈ, ਪੂਰਾ ਖਾਕਾ ਕਰੀ ਜਾਂਦੇ ਤਿਆਰ। ਮਾਵਾਂ ਭੈਣਾਂ ਨੂੰ ਜਿਹੜਾ 1,000 ਰੁਪਇਆ ਦੇਣਾ ਸੀ ਦਿਉਂਗਾ ਵੀ 1,100 ਨਾਲੇ ਹੁਣ। ਜੇ ਮੈਂ ਉਈ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ, ਮੈਂ 2 ਮਹੀਨੇ ਪਹਿਲਾਂ ਵੋਟਾਂ ਤੋਂ ਸ਼ੁਰੂ ਕਰ ਦਿੰਦਾ ਸਕੀਮ, ਵੋਟਾਂ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ, ਇਹ ਜਿਵੇਂ ਇਹ ਕਰਦੇ ਰਹੇ ਨੇ ਪਹਿਲਾਂ। ਨਾ, ਜਦੋਂ 13 ਸ਼ੁਰੂ ਹੋ ਗਿਆ ਨਾ ਪੈਸਾ ਆਉਣਾ, ਫਿਰ ਬੰਦ ਨਹੀਂ ਹੋਣਾ, ਬਿਜਲੀ ਦੇ ਬਿੱਲ ਵਾਂਗੂ 0 ਹੀ ਆਊਗਾ, ਉਧਰੋਂ ਫਿਰ 1,100 ਆਊਗਾ ਹੀ ਆਊਗਾ। 21% ਸੀ ਜਦੋਂ ਸਰਕਾਰ ਸੰਭਾਲੀ ਸੀ, ਖੇਤਾਂ ਦਾ ਨਹਿਰੀ ਪਾਣੀ ਜਿਹੜਾ ਪਹੁੰਚ ਰਿਹਾ ਸੀਗਾ ਖੇਤਾਂ 'ਚ, 21% 62 'ਤੇ ਆ ਗਏ, 70 'ਤੇ ਜਾਊਂਗਾ ਹੁਣ ਵੀਰੋ। 14.5 ਲੱਖ ਟਿਊਬਵੈੱਲ ਹੈ, 14.5 ਲੱਖ ਟਿਊਬਵੈੱਲ ਹੈ, ਉਹਦੇ 'ਚੋਂ ਜੇ 70% 'ਤੇ ਪਹੁੰਚਦੇ ਹਾਂ 5 ਲੱਖ ਦੇ ਕਰੀਬ ਬੰਦ ਹੋ ਜਾਣਗੇ ਟਿਊਬਵੈੱਲ, ਕਿਉਂਕਿ ਨਹਿਰੀ ਪਾਣੀ ਆ ਜੂਗਾ। 18,000 ਕਰੋੜ ਰੁਪਏ ਦੀ ਸਬਸਿਡੀ ਦਿੰਦਾ ਝੋਨੇ 'ਤੇ, ਜਿਹੜੀ ਬਿਜਲੀ ਦਿੰਦੇ ਹਾਂ ਆਪਾਂ ਮੁਫ਼ਤ ਪਿੰਡਾਂ 'ਚ। 14.5 ਲੱਖ ਟਿਊਬਵੈੱਲ ਹੈ ਅਤੇ 18,000 ਕਰੋੜ ਦੀ ਸਬਸਿਡੀ ਹੈ। ਜੇ 5 ਲੱਖ ਟਿਊਬਵੈੱਲ ਬੰਦ ਹੋ ਗਿਆ ਤਾਂ ਆਪਣੇ ਕੋਲ 6-7 ਹਜ਼ਾਰ ਕਰੋੜ ਬਚ ਜੂਗਾ 18 ਚੋਂ, ਅਤੇ 5,500 ਦਾ ਬਜਟ ਹੈ ਇੱਕ ਸਾਲ ਦਾ, ਅਤੇ ਬਚੂਗਾ 6-7 ਹਜ਼ਾਰ ਖਰਚਣਾ 5,500, ਉਹ ਸਕੀਮ ਬਸ ਮੇਰੀਆਂ ਉਂਗਲਾਂ 'ਤੇ ਪਈ ਹੈ, ਪੂਰਾ ਖਾਕਾ ਕਰੀ ਜਾਂਦੇ ਤਿਆਰ। ਮਾਵਾਂ ਭੈਣਾਂ ਨੂੰ ਜਿਹੜਾ 1,000 ਰੁਪਇਆ ਦੇਣਾ ਸੀ ਦਿਉਂਗਾ ਵੀ 1,100 ਨਾਲੇ ਹੁਣ। ਜੇ ਮੈਂ ਉਈ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ, ਮੈਂ 2 ਮਹੀਨੇ ਪਹਿਲਾਂ ਵੋਟਾਂ ਤੋਂ ਸ਼ੁਰੂ ਕਰ ਦਿੰਦਾ ਸਕੀਮ, ਵੋਟਾਂ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ, ਇਹ ਜਿਵੇਂ ਇਹ ਕਰਦੇ ਰਹੇ ਨੇ ਪਹਿਲਾਂ। ਨਾ, ਜਦੋਂ 13 ਸ਼ੁਰੂ ਹੋ ਗਿਆ ਨਾ ਪੈਸਾ ਆਉਣਾ, ਫਿਰ ਬੰਦ ਨਹੀਂ ਹੋਣਾ, ਬਿਜਲੀ ਦੇ ਬਿੱਲ ਵਾਂਗੂ 0 ਹੀ ਆਊਗਾ, ਉਧਰੋਂ ਫਿਰ 1,100 ਆਊਗਾ ਹੀ ਆਊਗਾ।